ਗਾਇਸ ਕਦੇ ਤੁਹਾਡੇ ਨਾਲ ਇਦਾਂ ਹੋਇਆ ਕਿ ਤੁਹਾਡਾ ਬਜਟ ਬਹੁਤ ਵਧੀਆ ਬਟ ਯੂ ਡੋਂਟ ਨੋ ਵਿਚ ਬ੍ਰਾਂਡ ਟੂ ਬਾਏ ਇਸ ਟਾਈਮ ਮੇਰੇ ਕੋਲ ਬਜਟ ਹੈਗਾ 2 lakh rupees ਦਾ ਬਟ ਮੈਨੂੰ ਸਮਝ ਇਹ ਨਹੀਂ ਆ ਰਹੀ ਮੈਂ ਕਿਸ ਬ੍ਰਾਂਡ ਦਾ ਪੀਸੀ ਬਾਏ ਕਰਾਂ ਫਰੈਂਡ ਨੂੰ ਫੋਨ ਕਰਦਾ ਕਹਿ ਰਹੇ ਨੇ ਅਸੈਂਬਲ ਬਾਏ ਕਰ ਲਓ ਯੂਟਿਊਬ 'ਤੇ ਚੈੱਕ ਕੀਤਾ ਗੂਗਲ 'ਤੇ ਚੈੱਕ ਕੀਤਾ ਦੇ ਆਰ ਸੇਇੰਗ ਬ੍ਰਾਂਡਡ ਬਾਏ ਕਰੋ ਸੋ ਅੱਜ ਦੇ ਇਸ ਵਲੌਗ ਵਿੱਚ ਅਸੀਂ ਬਾਏ ਕਰਨ ਜਾ ਰਹੇ ਇੱਕ ਬਹੁਤ ਹੀ ਅਮੇਜ਼ਿੰਗ ਲੇਟੈਸਟ ਡਿਜ਼ਾਈਨ ਗੇਮਿੰਗ ਪੀਸੀ ਯੈਸ ਗਾਇਸ ਆਪਣੇ ਅਕੋਰਡਿੰਗਲੀ ਤੁਸੀਂ ਕਮੈਂਟ ਕਰਨਾ ਹੈ ਕਿ ਤੁਹਾਡੇ ਅਕੋਰਡਿੰਗਲੀ ਸਭ ਤੋਂ ਵਧੀਆ ਗੇਮਿੰਗ ਪੀਸੀ ਬ੍ਰਾਂਡ ਕਿਹੜਾ ਕਮੈਂਟ ਕਰਿਓ ਵੱਧ ਤੋਂ ਵੱਧ ਬਿਕਾਜ਼ ਅਸੀਂ ਇੱਕ ਵਿਨਰ ਅਨਾਊਂਸ ਕਰਾਂਗੇ ਐਂਡ ਉਹਨੂੰ ਅਸੀਂ ਬਹੁਤ ਹੀ ਵਧੀਆ ਗਿਫਟ ਦੇਵਾਂਗੇ ਉਹ ਗਿਫਟ ਕੀ ਹੋਊਗਾ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਲੈਟਸ ਸੀ ਕੌਣ ਬਣੂਗਾ ਇਸ ਕੰਟੈਸਟ ਦਾ ਵਿਨਰ ਹਾਂਜੀ ਮੈਂ ਰਾਤੀ ਸਾਰੀ ਰਿਸਰਚ ਕੀਤੀ ਸੀਗੀ ਵੇਟ ਇਹਨੇ ਟੌਪ 3 ਬ੍ਰਾਂਡ ਜਿਹੜੇ ਬਹੁਤ ਹੀ ਜ਼ਿਆਦਾ ਵਧੀਆ ਨੇ ਗੇਮਿੰਗ ਵਾਸਤੇ ਐਡੀਟਿੰਗ ਵਾਸਤੇ ਨੰਬਰ 1 ਤੇ ਹੈਗਾ iMac ਓਕੇ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਫਰਸਟ ਵਨ ਇਜ਼ 21.5 ਇੰਚ ਓਕੇ ਐਂਡ ਸੈਕੰਡ ਮਾਡਲ ਇਜ਼ 27 ਇੰਚ ਓਕੇ ਠੀਕ ਹੈ ਪਰ ਜੇ ਮੈਂ ਗੱਲ ਕਰਾਂ ਵੱਡੀ ਸਕਰੀਨ ਦਾ ਜ਼ਿਆਦਾ ਫਾਇਦਾ ਹੈ ਹਾਂ ਆਪਾਂ ਲੈਣੀ ਸਕਰੀਨ ਵੱਡੀ ਹੈ ਬ੍ਰੋ ਇਹ ਜਿਹੜੀ ਲੇਟੈਸਟ ਵਾਲੀ ਹੈ ਇਹ ਹੈ 5K ਰੈਜ਼ੋਲੂਸ਼ਨ ਨਾਈਸ ਮਤਲਬ ਲੇਟੈਸਟ ਜਿਹੜਾ ਸਭ ਤੋਂ ਵਧੀਆ ਰੈਜ਼ੋਲੂਸ਼ਨ ਹੈ ਹਾਂ ਓਕੇ ਤੇ ਜਿਹੜਾ ਪ੍ਰੋਸੈਸਰ ਹੈ ਇਹਦੇ ਵਿੱਚ ਹੈਗਾ i5 ਪ੍ਰੋਸੈਸਰ ਓਕੇ ਠੀਕ ਹੈ 6 ਕੋਰ ਐਂਡ ਇਹਦੀ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਵਿੱਚ ਸਟਾਰਟਿੰਗ ਹੈਗੀ ਹੈ 1,70,000 ਮਤਲਬ ਕਿ ਹਾਈ ਐਂਡ ਪ੍ਰਾਈਸ ਹੈ ਹਾਈ ਐਂਡ ਪ੍ਰਾਈਸ ਹੈ ਠੀਕ ਹੈ ਨਾ ਤੇ ਦੂਜਾ ਹੈਗਾ ਜਿਹ੡ਾ ਬੰਡ ਉਹ ਹੈਗਾ Alienware ਓਕੇ ਤੇ ਇਹ ਹੈਗਾ ਡੈਸਕਟਾਪ ਉਹਦਾ ਓਕੇ ਠੀਕ ਹੈ ਹੁਣ ਮੈਨੂੰ ਨਹੀਂ ਪਤਾ ਕਿ ਸਕਰੀਨ ਨਾਲ ਮੋਨੀਟਰ ਆਂਦਾ ਜਾਂ ਨਹੀਂ ਆਂਦਾ ਪਰ ਜੇ ਗੱਲ ਕਰਾਂ ਮੈਂ ਇਹਦੀ ਸਪੈਸੀਫਿਕੇਸ਼ਨ ਦੀ ਇਹਦੇ ਵਿੱਚ ਆਂਦਾ ਹੈ i9 ਉਹਦਾ ਕਿਹੜੇ ਸੀਗਾ ਉਹਦਾ ਸੀਗਾ i5 ਓਕੇ ਠੀਕ ਹੈ ਮਤਲਬ ਲੇਟੈਸਟ ਜਿਹੜਾ ਲੇਟੈਸਟ ਟੈਕਨੋਲੋਜੀ ਹੈ ਉਹ ਇਹਦੇ ਵਿੱਚ ਹੈ ਓਕੇ ਠੀਕ ਹੈ Alienware ਯਾ ਪਰ ਇਹਨਾਂ ਨੇ ਪ੍ਰਾਈਸ ਆਪਾਂ ਨੂੰ ਦੱਸਿਆ ਨਹੀਂ ਹੋਇਆ ਮੇਬੀ ਇਹਨਾਂ ਨੇ ਆਪਣੇ ਸਟੋਰ 'ਚ ਜਾ ਕੇ ਚੈੱਕ ਕਰਨਾ ਪਏਗਾ ਤੇ ਜਿਹੜਾ ਲਾਸਟ ਬ੍ਰਾਂਡ ਮੈਂ ਦੇਖਿਆ ਹੈ ਉਹ ਹੈਗਾ MSI ਇਹ ਵੀ ਬਹੁਤ ਵਧੀਆ ਬ੍ਰਾਂਡ ਹੈ ਇੰਡੀਆ ਦਾ ਬਹੁਤ ਪਪੂਲਰ ਬ੍ਰਾਂਡ ਹੈ ਬਹੁਤ ਸੁਣਿਆ ਬ੍ਰਾਂਡ ਬਾਰੇ ਤੇ ਇਹਦੀ ਗੱਲ ਕਰੀਏ ਇਹਦੀ ਵੀ ਸਪੈਸੀਫਿਕੇਸ਼ਨ ਬਹੁਤ ਵਧੀਆ ਨੇ ਇਹਦੇ ਪ੍ਰਾਈਸ ਕੀ ਆ ਪ੍ਰਾਈਸ ਬ੍ਰਦਰ ਇਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਮੈਂ ਚੈੱਕ ਕਰ ਲੈਣਾ ਪ੍ਰਾਈਸ ਵੀ ਪ੍ਰਾਈਸ ਡਿਸਕਲੋਜ਼ ਕਿਉਂ ਨਹੀਂ ਕਰਦੇ ਹੈਗੇ ਯਾਰ ਐਪਲ ਨੇ ਜਦੋਂ ਕੀਤਾ ਹੋਇਆ ਬਾਕੀ ਬ੍ਰਾਂਡਸ ਕਿਉਂ ਨਹੀਂ ਕਰ ਆਨਲਾਈਨ ਤੇ ਜ਼ਿਆਦਾ ਇਨਫੋਰਮੇਸ਼ਨ ਨਹੀਂ ਦਿੱਤੀ ਹੋਈ ਤੇ ਆਪਾਂ ਨੂੰ ਜਾਣਾ ਪਏਗਾ ਸਟੋਰ ਦੇ ਵਿੱਚ ਰਾਈਟ ਤੇ ਅਸੀਂ ਡਿਸਾਈਡ ਕੀਤਾ ਹੈ ਕਿ ਕਿਉਂ ਨਾ ਅਸੀਂ ਚੰਡੀਗੜ੍ਹ ਸੈਕਟਰ 20 ਜਾਈਏ ਕਿਉਂਕਿ ਮੇਨਲੀ ਕੰਪਿਊਟਰ ਮਾਰਕੀਟ ਉੱਥੇ ਹੈ ਸੀ ਐਗਜ਼ੈਕਟਲੀ ਉੱਥੇ ਆਪਾਂ ਨੂੰ ਲੱਗੇਗਾ ਪਤਾ ਕਿਹੜੇ ਪ੍ਰੋਡਕਟ ਅਵੇਲੇਬਲ ਹੈ ਐਂਡ ਕੀ ਵਰਥ ਇਟ ਹੈ ਉਹ ਬਾਈ ਕਰਨਾ ਜਾਂ ਨਹੀਂ ਲੈਟਸ ਗੋ ਸੰਤ ਵੀਰ ਮੈਂ ਪੋਸਟ ਕ੍ਰੀਏਟ ਕਰ ਰਿਹਾ ਤੁਹਾਡੇ ਚੈਨਲ 'ਤੇ ਐਂਡ ਇੱਕ ਸਿੰਘ ਸਕੂਲ ਚੈਨਲ 'ਤੇ ਅਤੇ ਆਪਾਂ ਆਡੀਅੰਸ ਦੇ ਓਪੀਨੀਅਨ ਲੈਂਦੇ ਹਾਂ ਕਿ ਉਹਨਾਂ ਦੇ ਹਿਸਾਬ ਨਾਲ ਬੈਸਟ ਗੇਮਿੰਗ ਪੀ ਸੀ ਕਿਹੜਾ ਆਪਸ਼ਨ ਕੀ ਕਰੋਗੇ ਆਪਸ਼ਨ ਹੈਗੇ ਆ iMac Alienware MSI ਔਰ ਅਸੈਂਬਲ ਪੀ ਸੀ ਇੱਕ ਕੰਮ ਕਰ ਦੋਵੇਂ ਚੈਨਲਸ 'ਤੇ ਇਹ ਆਪਸ਼ਨਸ ਨੂੰ ਪੋਸਟ ਕਰ ਦੇ ਓਕੇ ਆਡੀਅੰਸ ਦੇਖਦੇ ਹਾਂ ਕਿਸ 'ਤੇ ਮੈਕਸਿਮਮ ਵੋਟ ਕਰਦੀ ਆਪਾਂ ਚੈੱਕ ਕਰਦੇ ਹਾਂ ਆਫਟਰ 5 ਮਿੰਟਸ ਡਨ ਬ੍ਰੋ ਗਾਇਸ ਅਸੀਂ ਫਾਈਨਲੀ ਐਂਟਰ ਕਰ ਚੁੱਕੇ ਹਾਂ ਚੰਡੀਗੜ੍ਹ ਨਾਓ ਵੀ ਆਰ ਆਈ ਥਿੰਕ ਐਟ ਸੈਕਟਰ 37 ਹਾਂਜੀ ਹਾਂ ਤੇ ਵੀਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਹਾਂਜੀ ਕਿ ਆਪਣੇ ਇਸ ਵਲੌਗ ਦੇ ਕਿੰਨੇ ਕੁ ਲਾਈਕਸ ਆ ਜਾਣੇ ਚਾਹੀਦੇ ਆ ਲਾਈਕਸ ਵਾਟ ਡੂ ਯੂ ਥਿੰਕ ਫਸਟ ਯੂ ਟੈਲ ਮੇਰੇ ਅਕੋਰਡਿੰਗਲੀ ਮਿਨੀਮਮ 10,000 ਲਾਈਕਸ ਬਸ ਨਾ ਨਾ ਮੈਨੂੰ ਪਤਾ ਮੇਰੀ ਆਡੀਅੰਸ ਕਿੰਨੀ ਸਪੋਰਟਿਵ ਆ ਕਿੰਨੀ ਹੰਬਲ ਹੈ ਤੇ ਕਿੰਨੀ ਨਾਈਸ ਹੈ ਤੇ ਕਿੰਨਾ ਖੁੱਲ੍ਹੇ ਦਿਲ ਨਾਲ ਕੰਮ ਕਰਦੀ ਆ ਮੈਂ ਮੰਗਦਾ ਕਿ ਮੇਰੇ ਇਸ ਵਲੌਗ ਤੇ ਘੱਟੋ ਘੱਟ ਨਹੀਂ ਤਾਂ 15K ਲਾਈਕਸ ਤਾਂ ਪੱਕਾ ਆਣੇ ਬਣਦੇ ਨੇ ਮੇਰੀ ਆਡੀਅੰਸ ਦਿਲ ਖੁੱਲਾ ਬਹੁਤ ਆ ਅੱਛਾ ਜੀ ਪੱਕਾ ਆਣਗੇ ਮੈਂ ਜਿੱਤ ਵੇਖੀ ਚਲੋ ਦੇਖਦੇ ਹਾਂ ਕੌਣ ਜਿੱਤਦਾ ਮੈਨੂੰ ਸਪੋਰਟ ਕਰ ਦਿਓ ਗਾਇਸ ਸੋ ਗਾਇਸ ਅਸੀਂ ਫਾਈਨਲੀ ਪਹੁੰਚ ਗਏ ਹਾਂ ਸੈਕਟਰ 20 HP ਵੀ ਹੈਗਾ Dell ਵੀ ਹੈਗਾ Lenovo ਵੀ ਹੈਗਾ ਜਿਹੜਾ ਲੇਟੈਸਟ ਪ੍ਰੋਸੈਸਰ ਹੈ ਉਹਦੇ ਨਾਲ ਤੁਹਾਡੇ ਕੋਲ ਹੈਗਾ ਜਿਵੇਂ i9 ਦਾ ਹੋਏ ਨਹੀਂ ਸਰ ਇਤਨੇ ਨਹੀਂ ਹੈ
Ryzen 5. Okay. 8GB RAM, 512 SSD. Graphic card 4GB GTX 165. Windows 10. इसमें 8GB RAM, processor same. SSD double है इसमें. Okay. Graphic card 6GB. हाँ जी हाँ जी ठीक है. गाइस बहुत औखा पै लॉकडाउन करके कोई स्टॉक नहीं आ रहा नवा इन्हों को पिछों उही ओल्ड स्टॉक पाया हुआ तो कहते हैं कि नैक्सट वीक यानी कि 15 जुलाई नू नवा स्टॉक आएगा देखो हूँ अपने को पैसे भी है पर चीज़ नहीं मिल रही मैंने इतों बहुत खिजमाजती है अगले ब्लॉक से दस देते हैं नैक्सट ब्लॉक या ओके असी ऑलमोस्ट हर एक स्टोर में जा रहे हैं डेल एच पी एलियनवेयर जिन्हें भी है इस टाइम डिस्प्ले पीसी किसी को भी नहीं है अपन स्पेशल ऑर्डर करना पैंता फिर वो इतने पहुँचूगा एडवांस पेमेंट देनी पैंती है 10-15 हज़ार अपनी मर्जी होंगी है सानू लगे कि असं बिना किसी चीज़ को देखे टच किए फिजिकली असी किवें किसी चीज़ को मंगवा लिए हूँ सानू मेन प्रॉब्लम यह आ रही है कि इन्हां कोल पहली गल लेटेस्ट जो प्रोडक्ट है वह इन्ना को अवेलेबल नहीं है right. कह रहे हैं कि पिछों लॉकडाउन करके थोड़े को समान आना है 15 जुलाई नहीं आऊगा 2 वीक्स तक आएगा 3 वीक्स तक आएगा ठीक है नाले की पक्की गारंटी भी आजूगा की पता गारंटी भी आजूगा right. गारंटी है राइट यूट्यूब से दो चैनल्स से पाया से पोल अकॉर्डिंगली मैक्सिमम वोट आए ने कि तुसी अपना पीसी असेंबल करवाओ कस्टमाइज तैयार करो 2% वोट अपने अकॉर्डिंगली कस्टमर कराओ तुसी कोई भी कंपनी का बाय ना करो बिल्कुल हम असं अगर चैक करते हैं कि असं हम ब्रांड सारे जा रहे हैं असं चैक करते भी कि इतने शॉप हैगी जो प्रॉपरली असेंबल करती है तो अपन की स्पेसीफिकेशन दी है किन्ने बजट के ਤੁਸੀਂ ਪ੍ਰੋਸੈਸਰ ਪਾਇਆ ਹੈ ਨਾ ਇਹਦੇ ਵਿੱਚ i7 ਕਹਿ ਰਹੇ ਹੋ ਇਹ ਕਿਹੜੀ ਜਨਰੇਸ਼ਨ ਹੈ 9th ਜਨਰੇਸ਼ਨ ਲੇਟੈਸਟ ਤੇ ਮਤਲਬ ਕਿੰਨੇ ਸਾਲ ਕੱਢ ਦੂਗਾ ਆਪਣੇ ਨਿਕਾਲ ਦਿੰਦਾ 5-7 ਸਾਲ ਤੋਂ ਨਿਕਾਲੀ ਰੁੱਖ ਨਹੀਂ ਕਰਦੇ ਅੱਛਾ ਔਰ ਕੈਬਿਨੇਟ ਦਾ ਵੀ ਪ੍ਰਾਈਸ ਵਿੱਚ ਪਾਇਆ ਹੋਇਆ ਇਹਦੇ ਵਿੱਚ ਗਰੰਟੀ ਸਭ 3 ਸਾਲ ਦੀ ਆ 10 ਇਸ ਰੈਮ ਤੇ ਹੁੰਦੀ ਹੈ 2 ਸਾਲ ਇਸ ਤੋਂ ਹੁੰਦੀ ਹੈ ਸੋ ਅਸੀਂ 2 ਸਟੋਰਸ ਤੇ ਗਏ ਸੀਗੇ ਨੰਬਰ 1 ਸਟੋਰ ਇਹ ਵਾਲਾ ਅਸੀਂ ਨਾਮ ਡਿਸਪਲੇ ਨਹੀਂ ਕਰਾਂਗੇ ਕਿਉਂਕਿ ਅਸੀਂ ਕਿਸੇ ਬ੍ਰਾਂਡ ਪ੍ਰਮੋਸ਼ਨ ਨਹੀਂ ਕਰ ਰਹੇ ਸੋ ਨਾਮ ਰਿਵੀਲ ਨਾ ਕਰਦੇ ਹੋਏ ਇਹ ਬਣਾਈ ਆ ਇੱਕ ਬ੍ਰਾਂਡ ਨੇ ਜਿਹਦੇ ਵਿੱਚ ਮੋਨੀਟਰ ਇੰਕਲੂਡਿੰਗ ਸਭ ਕੁਝ ਕੀਬੋਰਡ ਮਾਊਸ ਸੀਪੀਯੂ ਐਵਰੀਥਿੰਗ ਇਹ ਬਣਿਆ ਆਪਣਾ 997 00 ਆਲਮੋਸਟ 1 ਲੱਖ ਐਂਡ ਇੱਕ ਲਿਸਟ ਆਇਆ ਇਹਦਾ ਬਣਿਆ ਵਿਦਆਊਟ ਮੋਨੀਟਰ 107350 ਸੋ ਗਾਇਜ਼ ਅਸੀਂ ਨਿਕਲ ਆਇਆ ਹੁਣ ਸੈਕਟਰ 20 ਚੋਂ ਆਲਮੋਸਟ ਹਰ ਇੱਕ ਬ੍ਰਾਂਡ ਅਸੀਂ ਜਾ ਆਏ ਹਾਂ ਐਕਸੈਪਟ ਦੈਨ ਐਪਲ ਅਸੀਂ ਫੋਨ ਕੀਤਾ ਹੁਣ ਐਲਾਂਟੇ ਮੋਲ ਡਿਸਪਲੇ 'ਤੇ ਪੀ ਸੀਜ਼ ਨਹੀਂ ਹੈਗੇ ਫੋਨ ਕੀਤਾ ਅਸੀਂ ਮੋਹਾਲੀ 7 ਫੇਸ ਫੋਨ ਕੀਤਾ ਅਸੀਂ ਵੀ ਆਰ ਮੋਲ ਪੰਜਾਬ ਦੈਨ ਅਸੀਂ ਕਾਲ ਕੀਤੀ ਜ਼ੀਰਕਪੁਰ ਵਿੱਚ ਕਿਤੇ ਨਹੀਂ ਹੈਗਾ 35 ਸੈਕਟਰ ਜਿਹੜਾ ਐਪਲ ਸਟੋਰ ਹੈਗਾ ਅਸੀਂ ਉੱਥੇ ਜਾ ਰਹੇ ਬਿਕਾਜ਼ ਸਾਡਾ ਉਹਨਾਂ ਫੋਨ ਪਿੱਕ ਨਹੀਂ ਕੀਤਾ ਆਓ ਚੱਲਦੇ ਹਾਂ ਆਪਾਂ ਉੱਥੇ ਲੋ ਜੀ ਇਹ ਵਲੋਗ ਤੁਸੀਂ ਕਰੋ ਇੰਜੋਏ ਬਹਿ ਕੇ ਆਰਾਮ ਨਾਲ ਬਿਕਾਜ਼ ਬਹੁਤ ਸਾਰੇ ਲੋਕ ਜਿਹੜੇ ਇਸ ਸ਼ਹਿਰ ਦੇ ਰਹਿਣ ਵਾਲੇ ਨੇ ਆਪਣੇ ਘਰੇ ਹੋਣਗੇ ਅਤੇ ਮਿਸ ਕਰਦੇ ਹੋਣਗੇ ਇਸ ਸਿਟੀ ਦੀ ਬਿਊਟੀ ਦੇਖੋ ਲਵਰ ਨਜ਼ਾਰੇ ਰਾਊਂਡ ਅਬਾਊਟ ਜਿਲਾਓ ਗੇੜੀ ਲਾਉਂਦੇ ਹਾਂ ਆਪਾਂ ਇੱਕ ਅੱਧੀ ਕਿ ਨਹੀਂ ਚੰਡੀਗੜ੍ਹ 'ਚ ਵੈਸੇ ਇੱਕ ਗੱਲ ਹੈ ਵੈਦਰ ਤਾਂ ਹਮੇਸ਼ਾ ਹੀ ਬਹੁਤ ਘੈਂਟ ਬਹੁਤ ਜ਼ਿਆਦਾ ਸੋਹਣਾ ਵੈਦਰ ਹੁੰਦਾ ਹਮੇਸ਼ਾ ਸਪੈਸ਼ਲੀ ਸ਼ਾਮ ਦੀ ਬਹੁਤ ਮਿੱਠੀ ਹੁੰਦੀ ਹੈ ਸੋ ਇਹ ਵਲੌਗ ਮੈਂ ਸਮਝਦਾ ਕਿ ਲੋਕ ਬਹੁਤ ਮਿਸ ਕਰਦੇ ਹੋਣਗੇ ਦੇਖ ਕੇ ਨਜ਼ਾਰਾ ਡੋਮੀਨੋਜ਼ ਆ ਗਿਆ ਸਾਹਮਣੇ ਬਿਲਕੁਲ ਸਾਹਮਣੇ ਡੋਮੀਨੋਜ਼ ਆ ਅਬਾਊਟ ਟੂ ਰੀ ਫੂਡ ਪਲੇਸ ਸਭ ਤੋਂ ਵੱਧ ਮਿਸ ਕਰ ਰਹੇ ਹਾਂ ਨਿਕ ਬੇਕਰਸ ਮੈਕਡੋਨਲਡਸ KFC ਜਾਂ ਕੋਈ ਹੋਰ ਤੁਸੀਂ ਆਓ ਡੈਫੀਨਿਟਲੀ ਸਾਰੇ ਮਿਸ ਕਰਦੇ ਪਏ ਨੇ ਜਸਟ ਕਮੈਂਟ ਡਾਊਨ ਬਿਲੋ ਐਂਡ ਲੈਟ ਅਸ ਨੋ ਤੁਸੀਂ ਕਿਹੜੀ ਜਗ੍ਹਾ ਸਭ ਤੋਂ ਵੱਧ ਮਿਸ ਕਰ ਰਹੇ ਹੋ ਵੀ ਆਪਾਂ ਨੂੰ ਥਾਂ ਮਿਲ ਗਈ ਪਾਰਕਿੰਗ ਦੀ ਇੱਥੇ ਗੱਡੀ ਪਾਰਕ ਕਰ ਲਈ ਆਪਾਂ ਆਲਰਾਈਟ ਗਿਵ ਅਵੇ ਕੰਟੈਸਟ ਦੇ ਰੂਲ ਸੁਣੋ ਰੂਲ ਨੰਬਰ 1 ਐਂਡ ਦਾ ਓਨਲੀ 1 ਰੂਲ ਇਜ਼ ਸਾਡੇ ਇਸ ਟਾਈਮ ਹੈਗੇ ਨੇ ਸਬਸਕ੍ਰਾਈਬਰਸ ਆਲਮੋਸਟ 8000 ਨੈਕਸਟ ਵਲੌਗ ਪਾਉਣ ਤੋਂ ਪਹਿਲਾਂ ਜੇ ਆਪਣੇ 15000 ਸਬਸਕ੍ਰਾਈਬਰਸ ਹੁੰਦੇ ਨੇ ਤਾਂ ਅਸੀਂ ਇੱਕ ਬਹੁਤ ਵਧੀਆ ਗਿਫਟ ਦੇਵਾਂਗੇ ਆਪਣੇ ਇੱਕ ਸਬਸਕ੍ਰਾਈਬਰ ਨੂੰ ਸੋ ਮੇਕ ਸ਼ੋਰ ਸਾਡੇ ਨੈਕਸਟ ਵਲੌਗ ਪੈਣ ਤੱਕ ਉਸ ਤੋਂ ਪਹਿਲਾਂ ਆਪਣੇ 8000 ਤੋਂ 15000 ਸਬਸਕ੍ਰਾਈਬਰਸ ਹੋਏ ਹਨ ਗਿਫਟ ਬਹੁਤ ਵਧੀਆ ਹੋਊਗਾ ਉਹਦੇ ਐਡਰੈਸ 'ਤੇ ਐਸ ਸੂਨ ਐਸ ਪੋਸੀਬਲ ਅਸੀਂ ਸੈਂਡ ਕਰਾਂਗੇ ਡੈਫੀਨੇਟਲੀ ਉਹ ਲਾਈਕ ਕਰੂਗਾ ਗਿਫਟ ਨੂੰ ਸੋ ਖਿੱਚ ਦਿਓ ਕੰਮ ਸਬਸਕ੍ਰਿਪਸ਼ਨ ਵਾਲਾ ਸਿੰਘ ਸਕੂਲ ਵਲੌਗਸ
ਫੈਟ ਬਰਗਰ ਇੱਥੇ ਕਿ ਨਵਾਂ ਖੁੱਲਿਆ ਚਰਨ ਆਹ ਤਾਂ ਸਭ ਦਾ ਫੇਵਰੇਟ ਆ ਯਾਰ ਮੈਕ ਡੀ ਜਾ ਰਹੇ ਨਹੀਂ ਨਹੀਂ ਓਏ ਨਹੀਂ ਆਉਣਾ ਨਹੀਂ ਆਉਣਾ ਨਹੀਂ ਆਉਣਾ ਥੋੜ੍ਹਾ ਟਾਈਮ ਹੋਰ ਖੜ ਜਾ ਥੋੜ੍ਹਾ ਟਾਈਮ ਹੋਰ ਹੱਲ ਨਹੀਂ ਆਉਣਾ ਤੂੰ ਅਸੀਂ ਐਪਲ ਸਟੋਰ ਜਾ ਕੇ ਆਏ ਹਾਂ ਠੀਕ ਨੇ ਵਧੀਆ ਨੇ ਬਟ ਦਿੱਕਤ ਸਿਰਫ ਇੱਕ ਆ ਰਹੀ ਹੈ ਉੱਥੇ ਇੱਕ ਤਾਂ ਉਹਦੇ ਪ੍ਰਾਈਸ ਬਹੁਤ ਹਾਈ ਐਂਡ ਨੇ ਐਂਡ ਸੈਕਿੰਡਲੀ ਜੇ ਆਪਾਂ ਕੱਲ੍ਹ ਨੂੰ ਉਹਦੀ ਅਪਗ੍ਰੇਡੇਸ਼ਨ ਕਰਵਾਉਣੀ ਆ ਤਾਂ ਉਹਦੇ ਵਿੱਚ ਸਿਰਫ ਅਤੇ ਸਿਰਫ ਉਹਦੀ ਰੈਮ ਇਨਕਰੀਜ਼ ਹੋਊਗੀ ਨਾ ਗ੍ਰਾਫਿਕ ਕਾਰਡ ਨਾ ਪ੍ਰੋਸੈਸਰ ਇਨਕਰੀਜ਼ ਹੋਊਗਾ ਦੀਜ਼ ਆਰ ਬਲੂਟੂਥ ਸਪੀਕਰਸ ਵਾਟਰਪਰੂਫ ਨੇ ਐਂਡ ਰਬੜ ਪ੍ਰੋਟੈਕਸ਼ਨ ਲੱਗੀ ਹੋਈ ਹੈ ਇਨ ਕੇਸ ਥੱਲੇ ਡਿੱਗਣ ਕਦੇ ਤਾਂ ਟੁੱਟਣਗੇ ਨਹੀਂ ਇੱਥੇ ਲੱਗਿਆ ਇਹਨਾਂ ਦੇ USB ਸਾਰਾ ਸਿਸਟਮ ਡੈਫੀਨੇਟਲੀ ਐਂਡ ਪੋਰਟੇਬਲ ਸੋ ਜਿਹੜਾ ਆਪਣਾ ਟਾਰਗੇਟ ਹੈਗਾ 15,000 ਸਬਸਕ੍ਰਾਈਬਰਸ ਦਾ ਜਦੋਂ ਉਹ ਪੂਰਾ ਹੁੰਦਾ ਕੋਸ਼ਿਸ਼ ਕਰਨੀ ਆਪਾਂ ਨੈਕਸਟ ਵਲੌਗ ਤੋਂ ਪਹਿਲਾਂ ਪੂਰੇ ਕਰ ਦਈਏ ਅਸੀਂ ਰੈਂਡਮਲੀ ਇੱਕ ਸਬਸਕ੍ਰਾਈਬਰ ਚੂਜ਼ ਕਰਾਂਗੇ ਅਤੇ ਉਹਦੇ ਐਡਰੈਸ 'ਤੇ ਇਹ ਪਿਆਰਾ ਗਿਫਟ ਸਿੰਘ ਸਕੂਲ ਵਲੌਗ ਵੱਲੋਂ ਡੈਫੀਨੇਟਲੀ ਪਹੁੰਚ ਜੂਗਾ ਸਵੇਰ ਦੇ ਨਿਕਲੇ ਹਾਂ ਤਕਰੀਬਨ 11 ਵਜੇ ਦੇ 4 ਵੱਜ ਗਏ ਨੇ ਹਾਲੇ ਤੱਕ ਕੁਛ ਵੀ ਅਸੀਂ ਬਾਏ ਨਹੀਂ ਕੀਤਾ ਐਕਸੈਪਟ ਤੁਹਾਡੇ ਗਿਫਟ ਤੋਂ ਇਲਾਵਾ ਗਿਫਟ ਪਿੱਛੇ ਪਿਆ ਚਰਨ ਬਟ ਬ੍ਰੋ ਬਾਏ ਕਰਨਾ ਵੀ ਈਜ਼ੀ ਨਹੀਂ ਰਾਈਟ ਓਬਵੀਅਸਲੀ ਤਾਂ ਹੈ ਹੀ ਆ ਹਾਲੇ ਅਸੀਂ ਸੋਚਦੇ ਹਾਂ ਵਿਚਾਰਦੇ ਹਾਂ ਵੀ ਨੀਡ 2-3 ਡੇਜ਼ ਅਸੀਂ ਨੈਕਸਟ ਵਲੌਗ ਲੈ ਕੇ ਆ ਰਹੇ ਹਾਂ ਕਿ ਅਸੀਂ ਕਿਹੜਾ PC ਫਾਈਨਲੀ ਡਿਸਾਈਡ ਕੀਤਾ ਅਤੇ ਬਾਏ ਕੀਤਾ ਤੁਹਾਨੂੰ ਕਿਵੇਂ ਅਸੀਂ ਕਰਦੇ ਹਾਂ ਅਨਬੋਕਸਿੰਗ ਠੀਕ ਹੈ ਅੱਜ ਅਸੀਂ ਸਾਨੂੰ ਥੋੜ੍ਹਾ ਟਾਈਮ ਦਿਓ ਸੋਚਣ ਦਾ ਸਮਝਣ ਦਾ ਗਾਈਜ਼ ਪਲੀਜ਼ ਸਾਡੇ ਤੁਸੀਂ ਜਾ ਕੇ ਇੰਸਟਾਗ੍ਰਾਮ 'ਤੇ ਸਿੰਘ ਸਕੂਲ ਵਲੌਗਸ 'ਤੇ ਜਾਂ ਸੰਤਵਿੰਦਰ ਸਿੰਘ ਵਡੈਤ 'ਤੇ ਜਾ ਕੇ ਸਾਨੂੰ DMs ਕਰੋ ਤੁਸੀਂ ਆਪਣੀ ਸਲਾਹ ਦਿਓ ਕਮੈਂਟਸ ਕਰੋ ਵੱਧ ਤੋਂ ਵੱਧ